ਪੜ੍ਹਾਈ। ਹਾਂਜੀ, ਖੱਟੜਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਂਦੀ ਜੀ। ਸਾਡਾ ਜਿਹੜੇ ਗਲੀਆਂ ਨੂੰ ਡੇਢ ਸਾਲ ਦੇ ਨੇੜੇ ਤੇੜੇ ਹੋ ਗਿਆ ਪੱਟਿਆਂ ਨੂੰ ਜੀ। ਬੱਚਿਆਂ ਨੂੰ ਮੀਂਹ ਪਾਣੀ 'ਚ ਬੜਾ ਤਕਲੀਫ ਹੁੰਦੀ ਆ, ਆਮ ਮੁਹੱਲੇ ਨੂੰ ਬੜੀ ਤਕਲੀਫ ਆ। ਅਸੀਂ ਕਈ ਵਾਰੀ ਕੌਂਸਲਰ ਸਾਹਿਬ, ਵਿਧਾਇਕ ਸਾਹਿਬ ਨੂੰ ਕਹਿ ਚੁੱਕੇ ਹਾਂ ਕਿ ਸਾਡੀ ਫਰਿਆਦ ਸੁਣੀ ਜਾਵੇ, ਪਰ ਕਿਸੇ ਨੇ ਨਹੀਂ ਸੁਣੀ ਸਾਡੀ। ਅਤੇ ਜਿਹੜਾ ਕਿ ਸਾਨੂੰ, ਅਸੀਂ ਚਾਹੁੰਦੇ ਹਾਂ ਚੈਨਲ ਦੇ ਥਰੂ ਕਿ ਸਾਡਾ ਜਿਹੜਾ ਇੱਕ ਕੰਮ ਸ਼ਾਇਦ ਹੋ ਸਕਦਾ, ਸਾਡਾ ਹੱਲ ਹੋ ਜਾਵੇ। ਅੱਛਾ, ਫਿਰ ਤਾਂ ਸਾਡੇ ਇੱਕ ਬੰਦੇ ਦੀ ਲੱਤ ਵੀ ਟੁੱਟ ਗਈ, ਉਹਨੇ ਗਿਰ ਕੇ ਸਕੂਲ ਦੇ ਬੱਚੇ ਦੀ। ਅੱਛਾ, ਇੰਨਾ ਬੁਰਾ ਹਾਲ ਆ, ਜ਼ਿਆਦਾ ਇੰਨਾ ਬੁਰਾ ਹਾਲ ਹੈ ਜੀ। ਜਲਦੀ ਬਣ ਜਾਵੇ ਜੀ। ਮੇਰਾ ਨਾਮ ਅਸ਼ਰਫ ਅਲੀ ਹੈ ਜੀ। ਹਾਂਜੀ, ਅਤੇ ਬਾਰੇ ਇਹੀ ਕਹਿਣਾ ਚਾਹੁੰਦੇ ਜੀ, ਜਲਦੀ ਤੋਂ ਜਲਦੀ ਬਣਨਾ ਚਾਹੀਦਾ, ਕਿਉਂਕਿ ਅਸੀਂ ਜਦੋਂ ਸਕੂਲ ਲਈ ਆਉਂਦੇ, ਮੀਂਹ ਦਾ ਮੌਸਮ ਹੁੰਦਾ ਅਤੇ ਪਾਣੀ ਬਹੁਤ ਜ਼ਿਆਦਾ ਖੜਾ ਹੁੰਦਾ, ਸਾਨੂੰ ਲੰਘਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਕਈ ਵਾਰ। ਸਹੀ ਗੱਲ। ਕਈ ਵਾਰੀ ਇੱਕ ਦੋ ਟੀਚਰ ਸਾਡੇ ਇੱਥੇ ਸਲਿੱਪ ਹੋ ਕੇ ਡਿੱਗ ਗਏ ਜੀ। ਰਣਜੀਤ ਸਿੰਘ ਜੀ, ਹਾਂਜੀ, ਪਰ ਦਾ ਬਹੁਤ ਬੁਰਾ ਹਾਲ ਹੈ। ਮੇਰੀ ਬੇਟੀ ਵੀ ਨਾਲ ਆਉਂਦੀ ਹੈ ਸਵੇਰੇ, ਅਤੇ ਛੋਟੇ ਬੱਚੇ ਨਾਲ ਜ਼ਿਆਦਾ ਔਖਾ, ਵੱਡੇ ਤਾਂ ਚਲੋ ਲੱਤ ਲੁੱਤ ਲਾ ਕੇ ਨਿਕਲ ਜਾਂਦੇ ਨੇ, ਪਰ ਛੋਟੇ ਬੱਚੇ ਨੂੰ ਜ਼ਿਆਦਾ ਔਖਾ। ਸਿੰਘ ਜੀ, ਮੰਗਲ ਜਾਂਦੇ, ਇੱਥੇ ਬੱਚਿਆਂ ਨੂੰ ਬੜੀ ਪਰੇਸ਼ਾਨੀ ਹੈ ਜੀ ਸਕੂਲ ਦਿਆਂ ਨੂੰ, ਆਉਂਦੇ ਜਾਂਦਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਵਿਚਾਰਿਆਂ ਨੂੰ, ਕੁੜੀਆਂ ਨੇ, ਛੋਟੇ ਬੱਚੇ ਨੇ ਜੀ, ਨਰਸਰੀ ਕੇ ਜੀ ਦੇ ਗਿਰ ਜਾਂਦੇ ਨੇ ਕਈ ਵਾਰੀ। ਇੱਥੇ ਮੇਰੀ ਦੁਕਾਨ ਵੀ ਹੈਗੀ ਜੀ, ਅਤੇ ਇੱਥੇ ਬੱਚਿਆਂ ਨੂੰ ਬੜਾ ਪਰੇਸ਼ਾਨੀ। ਮੰਗ ਕਰਦਾ ਤੁਸੀਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੀ, ਇਹ ਸੜਕ ਜਲਦੀ ਤੋਂ ਜਲਦੀ ਬਣਾ ਦਿੱਤੀ ਜਾਵੇ ਜੀ।